किसान जो कि अक्सर ही कुदरती आफतों का सामना करता है, एक बार फिर तो उस दे विच सहम दा माहौल बनिया होया है। राजस्थान दे विच होए टिड्डी दल दे हमले तो बाद पंजाब दे पांच जिलियां दे विच किसानां नूं भी अलर्ट जारी कर दिता गया है। राजस्थान दे विच फसलां दे उत्ते होए टिड्डी दल दे हमले तो बाद पंजाब दे नाल लगदे पांच जिलियां दे विच भी किसानां नूं अलर्ट ते रख्या गया है, जिस दे चलदे संगरूर दे किसानां दे विच सहम दा माहौल बनिया होया है, क्योंकि संगरूर जिला बठिंडा जिले दे नाल जुड़दा है। किसानां दा कहना है कि भले अजे संगरूर जिले दे विच टिड्डी दल दा कोई असर देखण नूं नहीं मिलिया, पर प्रशासन दे वल्लों कोई भी तैयारी नहीं की गई है अते ना ही किसानां नूं इस तों किवें बचिया जावे इस बारे कोई जानकारी दी गई है। किसानां दा कहना है कि उह पहलां तों ही मंदहाली दे दौर तों गुजर रहे ने, अजिहे दे विच उह किसे होर मुश्किल दा सामना नहीं कर सकदे। उन्होंने सरकार अते खेतीबाड़ी विभाग नूं इस मामले दे विच ध्यान देण दे लई कहा है अते कहा है कि उन्हां नूं पूरी जानकारी दी जावे कि उह किवें इस तों अपना बचाव कर सकण। ਵੇਖੋ ਜੀ, ਸਾਡੇ ਤਾਂ ਇੱਧਰ ਦਿੜਬਾ ਹਲਕਾ ਆ ਗਿਆ, ਆਪਣਾ ਸੰਗਰੂਰ ਜ਼ਿਲ੍ਹਾ ਆ ਗਿਆ, ਜਿੱਥੇ ਇੱਥੇ ਸਾਡੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ, ਉਦੋਂ ਪਤਾ ਲੱਗਿਆ ਬਹੁਤ ਹੀ ਜ਼ਿਆਦਾ ਡਰ ਦਾ ਮਾਹੌਲ ਬਣਿਆ ਹੋਇਆ, ਕਿਉਂਕਿ ਲੋਕ ਪਹਿਲਾਂ ਹੀ ਇੰਨੇ ਕਰਜ਼ੇ ਥੱਲੇ ਦਬੇ ਹੋਏ ਨੇ ਅਤੇ ਜੇਕਰ ਇਹ ਟਿੱਡੀ ਹਮਲਾ ਰਾਜਸਥਾਨ ਤੋਂ ਬਠਿੰਡੇ ਵਿੱਚ ਹੁੰਦਾ ਹੋਇਆ ਸੰਗਰੂਰ ਦੇ ਵਿੱਚ ਆ ਜਾਂਦਾ ਤਾਂ ਕਿਸਾਨਾਂ ਨੂੰ ਬਹੁਤ ਵੱਡੀ ਇਹਦੀ ਮਾਰ ਪੈਣੀ ਆ, ਬਹੁਤ ਵੱਡੀ ਮਾਰ ਝੱਲਣੀ ਔਖੀ ਹੋ ਜਾਣੀ ਆ। ਮੈਂ ਤਾਂ ਮੰਨਦਾ ਵੀ ਜੇ ਇਹ ਹਮਲਾ ਸੰਗਰੂਰ ਦੇ ਕਿਸਾਨਾਂ 'ਤੇ ਹੋ ਗਿਆ ਤਾਂ ਖੁਦਕੁਸ਼ੀਆਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਜਾਣਾ। ਦੇਖੋ ਜੀ, ਜਿਵੇਂ ਪਤਾ ਲੱਗਿਆ ਵੀ ਇਹ ਜਿਹੜਾ ਟਿੱਡੀ ਦਾ ਹਮਲਾ ਰਾਜਸਥਾਨ ਦੇ ਵਿੱਚ ਜੋ ਪਾਕਿਸਤਾਨ ਵੱਲੋਂ ਆਇਆ, ਜੋ ਉੱਥੇ ਹਮਲਾ ਕੀਤਾ, ਰਾਜਸਥਾਨ ਦੇ ਵਿੱਚੋਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਅਤੇ ਇਹ ਜਿਹੜੇ ਹਰੇ ਫਸਲਾਂ ਨੇ ਜਿਵੇਂ ਹਰੀ ਕਣਕ ਹੋ ਗਈ, ਹਰੇ ਬਾਗ ਹੋ ਗਏ, ਸਰ੍ਹਾਂ ਹੋ ਗਈਆਂ, ਵੀ ਜੇਕਰ ਉੱਥੇ ਬਹਿ ਜਾਂਦੀ ਆ ਅਚਨਚੇਤ ਸਾਨੂੰ ਨਹੀਂ ਪਤਾ ਲੱਗਦਾ, ਜਿਵੇਂ ਹੁਣ ਅਸੀਂ ਜਾਗਰੂਕ ਨਹੀਂ, ਸਾਨੂੰ ਪਤਾ ਨਹੀਂ ਪਿੰਡਾਂ ਦੇ ਵਿੱਚ, ਤੁਸੀਂ ਆ ਕੇ ਦੱਸਿਆ, ਬੜਾ ਧੰਨਵਾਦ ਅਸੀਂ ਕਰਦੇ ਹਾਂ ਪੰਜਾਬ ਲੋਕ ਮੀਡੀਆ ਦਾ, ਅਤੇ ਜੇਕਰ ਇਹ ਚੀਜ਼ ਉੱਥੇ ਆ ਕੇ ਕਿਸੇ ਫਸਲ 'ਤੇ ਬਹਿ ਜਾਂਦੀ ਆ, ਰਾਤ ਕੱਟ ਜਾਂਦੀ ਹੈ ਤਾਂ ਉੱਥੇ ਹੂੰਝਾ ਫੇਰ ਜਾਂਦੀ ਆ, ਮਤਲਬ ਕਿ ਕੁਛ ਵੀ ਕੱਖ ਨਹੀਂ ਛੱਡਦੀ ਜੀ, ਬਹੁਤ ਵੱਡਾ ਨੁਕਸਾਨ ਆ। ਅਤੇ ਨਾ ਹੀ ਸਾਨੂੰ ਹਾਲੇ ਤੱਕ ਖੇਤੀਬਾੜੀ ਅਧਿਕਾਰੀਆਂ ਵੱਲੋਂ ਇਹ ਪਤਾ ਲੱਗਿਆ ਵੀ ਅਸੀਂ ਤਾਂ ਕੋਈ ਪਹਿਲਾਂ ਫਸਲ 'ਤੇ ਸਪਰੇਅ ਕਰ ਦਈਏ, ਉਹ ਸਾਡਾ ਰਾਤ ਨੂੰ ਆ ਜਾਏ, ਸਾਨੂੰ ਰਾਤ ਨੂੰ ਨਾ ਪਤਾ ਲੱਗੇ, ਅਤੇ ਇਸ ਕਰਕੇ ਖੇਤੀਬਾੜੀ ਵਿਭਾਗ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਵੀ ਉਹ ਆਪਣੀ ਕੁੰਭਕਾਰਨੀ ਨੀਂਦ ਤੋਂ ਜਾ ਕੇ ਪਿੰਡਾਂ ਦੇ ਵਿੱਚ ਅਨਾਊਂਸਮੈਂਟਾਂ ਕਰੇ, ਲੋਕਾਂ ਨੂੰ ਦੱਸੇ ਵੀ ਇਹਦਾ ਕਿਸ ਤਰ੍ਹਾਂ ਹੱਲ ਹੋ ਸਕਦਾ, ਧੂੰਆਂ ਧਾਂ ਜਾਂ ਕਰਕੇ ਜਾਂ ਢੋਲ ਵਜਾ ਕੇ ਜਾਂ ਕੋਈ ਦੁਬਰਾਈ ਸਰਕਾਰੀ ਸੜਕਾਂ ਅਸੀਂ ਕਰ ਸਕੀਏ। ਜੇਕਰ ਨਹੀਂ ਜਾਗਦੇ ਤਾਂ ਅਸੀਂ ਪਹਿਲਾਂ ਮੰਗ ਪੱਤਰ ਦੇਵਾਂਗੇ, ਮੰਗ ਪੱਤਰ ਦਾ ਬਹੁਤ ਮਤਲਬ ਕਿ ਕੰਮ ਲੰਮਾ ਪੈ ਜੂਗਾ, ਤਾਂ ਅਸੀਂ ਬਹੁਤ ਜਲਦ ਕ੍ਰੋਧ ਨਹੀਂ ਦੇਖਦੇ ਹੋਏ, ਅਸੀਂ ਇਹਨਾਂ ਜਿਹੜੇ ਖੇਤੀਬਾੜੀ ਅਫਸਰ ਨੇ ਇਹਨਾਂ ਦੇ ਬਾਰਾਂ 'ਚ ਬਹਿ ਕੇ ਉਹਨਾਂ ਨੂੰ ਘਰ ਉੱਥੋਂ ਕੱਢ ਕੇ ਲੈ ਕੇ ਆਵਾਂਗੇ, ਉਹਨਾਂ ਨੂੰ ਉੱਥੋਂ ਬਾਹਾਂ ਫੜ ਕੇ ਪਿੰਡਾਂ ਦੇ ਵਿੱਚ ਲਿਆਵਾਂਗੇ ਲੋਕਾਂ ਸਾਹਮਣੇ ਵੀ ਸਾਨੂੰ ਕਿੰਨੀ ਕਿੰਨੀ ਤਨਖਾਹ ਮਿਲਦੀ ਆ, ਤੁਸੀਂ ਲੋਕਾਂ ਵਾਸਤੇ ਕਿਉਂ ਨਹੀਂ ਕੁਛ ਕਰ ਰਹੇ, ਅਤੇ ਉਹਨਾਂ ਨੂੰ ਅਸੀਂ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹਦਾ ਅਹਿਸਾਸ ਕਰਾਵਾਂਗੇ ਜਾ ਕੇ। ਇਹਦੇ ਪ੍ਰਭਾਵ ਦਾ ਤਾਂ ਜੀ ਕੋਈ ਅੰਤ ਹੀ ਨਹੀਂ ਹੁੰਦਾ ਹੈਗਾ, ਅਸੀਂ ਬੜੇ ਬਜ਼ੁਰਗਾਂ ਤੋਂ ਸੁਣਦੇ ਆਉਂਦੇ ਹਾਂ ਜਿੱਥੇ ਕਿਤੇ ਟਿੱਡੀ ਦਲ ਦਾ ਹਮਲਾ ਹੋ ਜਾਂਦਾ ਹੈ, ਇਹ ਤਾਂ ਰੁੱਖਾਂ ਦੇ ਡਾਹਣੇ ਤੋੜ ਦਿੰਦੇ ਤੇ, ਇਹ ਤਾਂ ਫਸਲਾਂ ਦੀ ਤਾਂ ਗੱਲੇ ਕੋਈ ਨਹੀਂ ਹੈਗੀ। ਸਰਕਾਰ ਨੂੰ ਚਾਹੀਦਾ ਮੌਕਾ ਰਹਿੰਦੇ ਇਸ ਦੀ ਸੰਭਾਲ ਕਰੇ, ਜਾਣਕਾਰੀ ਦੇਵੇ ਸਾਨੂੰ ਕਿਸਾਨਾਂ ਨੂੰ, ਅਤੇ ਇਹਦਾ ਕੁਛ ਅਸੀਂ ਆਪਣੇ ਪੱਧਰ 'ਤੇ ਵੀ ਆਪਣੇ ਵੀਰਾਂ ਨੂੰ ਜਗਾਵਾਂਗੇ, ਪਿੰਡਾਂ ਦੇ ਵਿੱਚ ਜਾਵਾਂਗੇ ਅਤੇ ਪ੍ਰਸ਼ਾਸਨ ਨੂੰ ਵੀ ਜਗਾਵਾਂਗੇ ਕਿ ਇਹਦੇ ਕੋਈ ਮਸਲਾ ਛੇਤੀ ਹੱਲ ਹੋਵੇ। ਪ੍ਰਸ਼ਾਸਨ ਤਾਂ ਆਪਦੀ ਨੀਂਦ ਸੁੱਤਾ ਪਿਆ ਜੀ, ਪ੍ਰਸ਼ਾਸਨ ਨੇ ਤਾਂ ਕੁਛ ਵੀ ਨਹੀਂ ਕਰਿਆ। ਪ੍ਰਸ਼ਾਸਨ ਨੇ ਤਾਂ ਪਹਿਲਾਂ ਸਾਡੇ ਫਸਲਾਂ ਦੇ ਵਿੱਚ ਕੀੜਾ ਪੈ ਗਿਆ ਸੀ, ਉਦੋਂ ਨਹੀਂ ਕਿਸੇ ਨੇ ਕੀੜਾ ਮਾਰਿਆ। ਜੇ ਅਸੀਂ ਕੋਈ ਜਾ ਕੇ ਜਾਣਕਾਰੀ ਉਹਨਾਂ ਤੋਂ ਲੈਂਦੇ ਹਾਂ ਤਾਂ ਦੂਜੇ ਦਿਨ ਨੂੰ ਕਹਿੰਦੇ ਨੇ ਅਸੀਂ ਆਵਾਂਗੇ, ਤਾਂ ਦੂਜੇ ਦਿਨ ਉਹਨਾਂ ਦੇ ਮੋਬਾਈਲ ਵੀ ਬੰਦ ਮਿਲਦੇ ਨੇ ਸਾਨੂੰ, ਉਹਨਾਂ ਦਾ ਤਾਂ ਕੋਈ ਫਰਜ਼ ਹੀ ਨਹੀਂ ਬਣਦਾ। ਉਹ ਤਾਂ ਇੱਕ ਐਂ ਵੀ ਆਪਦੇ ਬੈਠੇ ਘਰੇ ਤਨਖਾਹਾਂ ਲੈ ਰਹੇ ਨੇ, ਸਾਡੇ ਬਾਰੇ ਤਾਂ ਉਹਨਾਂ ਦੀ ਕੋਈ ਸੋਚ ਹੀ ਨਹੀਂ ਹੈਗੀ। ਕਿੰਨਾ ਕੁ ਡਰ ਜਿਹੜਾ ਕਿਸਾਨਾਂ ਦੇ ਵਿੱਚ ਬਣਿਆ ਹੋਣਾ? ਡਰ ਤਾਂ ਹੁਣ ਲਾ ਲਓ, ਕਿਸਾਨ ਪਹਿਲੀ ਬਹੁਤ ਕਰਜ਼ੇ ਦੇ ਵਿੱਚ ਦਬਿਆ ਹੋਇਆ, ਪਹਿਲੀ ਖੁਦਕੁਸ਼ੀਆਂ ਕਰ ਰਿਹਾ, ਹੁਣ ਡਰ ਤਾਂ ਉਸ ਨੂੰ ਪਤਾ ਹੀ ਹੈ, ਪਹਿਲਾਂ ਕੀੜੇ ਦੀ ਮਾਰ ਪੈ ਗਈ ਅਤੇ ਹੁਣ ਜੇ ਮਾਰ ਪੈ ਗਈ ਕਿਸਾਨ ਤਾਂ ਜਮੀ ਖਤਮ ਹੋ ਜੂਗਾ ਜੀ। ਇਹਦਾ ਹੱਲ ਤਾਂ ਸਰਕਾਰ ਕਰ ਸਕਦੀ ਹੈ ਜੀ, ਕੋਈ ਮਤਲਬ ਕਿ ਸਪਰੇਹਾਂ ਕਰੇ, ਕੋਈ ਜਹਾਜ਼ਾਂ ਰਾਹੀਂ ਕੋਈ ਹੋਰ ਪ੍ਰਬੰਧ, ਜਾਂ ਉਹਨੂੰ ਰੋਕਿਆ ਜਾਵੇ, ਅਤੇ ਉੱਡਣੀ ਚੀਜ਼ ਹੈ ਜਦੋਂ ਬਠਿੰਡੇ ਜ਼ਿਲ੍ਹੇ 'ਚ ਆ ਸਕਦੀ, ਸੰਗਰੂਰ 'ਚ ਵੀ ਆ ਸਕਦੀ ਹੈ ਜੀ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।